ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਸਵਰਨ ਸਿੰਘ ਟਿਹੜਾ ਤੁਸ ਦੇਖ ਰਹੇ ਹੋ ਪ੍ਰਾਈਮਰ ਸ਼ਾ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਲੰਘੇ ਕੱਲ ਪੰਜਾਬ ਦੇ ਵਿੱਚ ਅੱਧਾ ਕੁ ਦਿਨ ਧੁੱਪ ਰਹੀ ਆ ਤੇ ਕੁਝ ਕੁ ਸਮਾਂ ਕੁਝ ਹਿੱਸੇ ਦੇ ਵਿੱਚ ਬੱਦਲਵਾਈ ਵੀ ਰਹੀ ਆ ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਕਈ ਥਾਵਾਂ ਤੇ ਕਣੀਆਂ ਪੈਣ ਦੀ ਆਸਾ ਕਈ ਥਾਵਾਂ ਦੇ ਉੱਤੇ ਹਵਾ ਚੱਲਣ ਦੀ ਆਸਾ ਕਈ ਥਾਵਾਂ ਦੇ ਉੱਤੇ ਕਹਿੰਦੇ ਵੀ ਤੇਜ਼ ਹਵਾ ਵੀ ਚੱਲ ਸਕਦੀ ਆ ਯਾਨੀ ਕਿ ਪੰਜਾਬ ਦੇ ਵਿੱਚ 2-3 ਦਿਨ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਆ ਮੈਨੂੰ ਨਹੀਂ ਪਤਾ ਵੀ ਇਹ ਮੌਸਮ ਬਹੁਤ ਖਰਾਬ ਰਹਿਣਾ ਘੱਟ ਰਹਿਣਾ ਜਾਂ ਬਿਲਕੁਲ ਨਹੀਂ ਰਹਿਣਾ ਪਰ ਜੇਕਰ ਮੌਸਮ ਖਰਾਬ ਹੁੰਦਾ ਤੇ ਵੱਧ ਮੌਸਮ ਖਰਾਬ ਜੇਕਰ ਹੁੰਦਾ ਤਾਂ ਫਿਰ ਫਸਲ ਦੇ ਉੱਤੇ ਅਸਰ ਇਹਦਾ ਪੈਣਾ ਕੁਦਰਤੀ ਆ ਇਸ ਵੇਲੇ ਖੇਤਾਂ ਦੇ ਵਿੱਚ ਕਣਕ ਜਵਾਨ ਹੋਈ ਖੜੀ ਆ ਪੱਕਣ ਲੱਗੀ ਆ ਜਿਹੜੇ ਸਿੱਟੇ ਆ ਉਹ ਹੌਲੀ-ਹੌਲੀ ਸੁਨਹਿਰੀ ਭਾ ਮਾਰਨ ਲੱਗੇ ਆ ਜੇਕਰ 15-20 ਦਿਨ ਇਵੇਂ ਹੀ ਧੁੱਪ ਪੈਂਦੀ ਰਹੀ ਲਗਾਤਾਰ ਤਿੱਖੀ ਧੁੱਪ ਨਿਕਲੇ ਮੌਸਮ ਗਰਮ ਤੇ ਖੁਸ਼ਕ ਰਵੇ ਤਾਂ ਫਿਰ ਭਾਈ ਕਣਕ ਦੀ ਬਾਢੀ ਬਹੁਤ ਤੇਜ਼ ਹੋ ਜਾਣੀ ਆ ਸੋ ਬਾਕੀ ਕੁਦਰਤ ਦੇ ਮੂਰੇ ਅਰਦਾਸ ਆ ਕਿ ਸਭ ਕੁਝ ਠੀਕ ਰਵੇ ਉਦਾਂ ਲੰਘੇ ਕੱਲ ਪੰਜਾਬ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਸਾਰੇ ਹੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਦੇ ਨਾਲ ਮੀਟਿੰਗ ਕਰ ਲਈ ਗਈ ਆ ਪਹਿਲੀ ਅਪ੍ਰੈਲ ਤੋਂ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਦਾ سلسلہ ਸ਼ੁਰੂ ਹੋ ਜਾਣਾ ਮੰਡੀਆਂ ਦੇ ਵਿੱਚ ਬਾਰ ਦਾਣੇ ਦੀ ਮੰਡੀਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਮੰਡੀਆਂ ਦੇ ਵਿੱਚ ਹੋਰ ਚੀਜ਼ਾਂ ਦੀ ਕੋਈ ਦਿੱਕਤ ਨਾ ਆਵੇ ਇਹਦੇ ਲਈ ਉੱਥੇ ਮੰਡੀਆਂ ਦੇ ਵਿੱਚ ਸੁਚੱਜੇ ਪ੍ਰਬੰਧ ਕਰਨ ਦੇ ਲਈ ਕਿਹਾ ਗਿਆ ਕਿਸਾਨ ਖੱਜਲਣਾ ਹੋਵੇ ਕਿਸਾਨ ਦਾ ਕਰਜ਼ਾ ਸਾਰਾ ਲੈ ਜਾਏ ਮਜ਼ਦੂਰ ਚੜ੍ਹਦੀ ਕਲਾ ਦੇ ਵਿੱਚ ਰਹੇ ਕਿਸਾਨ ਮਜ਼ਦੂਰ ਦੀ ਸਾਂਝ ਬਰਕਰਾਰ ਰਹੇ ਜਿਹਨੂੰ ਜਿੱਥੋਂ ਜਿੰਨਾ ਮੁਨਾਫਾ ਮਿਲਦਾ ਉਹ ਵੱਧ ਤੋਂ ਵੱਧ ਕਮਾ ਸਕੇ ਕਰਜ਼ੇ ਸਾਰੀ ਲੈ ਜਾਣ ਜ਼ਿੰਦਗੀ ਖੁਸ਼ਹਾਲ ਹੋਵੇ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਹੋ ਸਾਰਾ ਕੁਝ ਤਾਂ ਜੇਕਰ ਕੁਦਰਤ ਕਹਿਰ ਨਹੀਂ ਭਰਾਉਗੀ ਤਾਂ ਜਿਹੜੀ ਪਹਿਲੀ ਵੱਡੀ ਖਬਰ ਹੈ ਉਹਦੇ ਬਾਰੇ ਕੀ ਕਹੀਏ ਤੇ ਕੀ ਨਾ ਕਹੀਏ ਬਹੁਤ ਕੁਝ ਬਹੁਤ ਸਾਰੇ ਲੋਕ ਕਹਿ ਚੁੱਕੇ ਆ ਤੇ ਕਈ ਕਹਿੰਦੇ ਵੀ ਭਾਈ ਹੁਣ ਇਹਦੇ ਬਾਰੇ ਕਹਿਣਾ ਕੀ ਆ ਜਿਨ੍ਹਾਂ ਨੇ ਸ਼ਰਮ ਲਾਤੀ ਆ ਉਦੇ ਬਾਰੇ ਉਹ ਕਹਿੰਦੇ ਵੀ ਅਸੀਂ ਕਹੀਏ ਕੀ ਅਸੀਂ ਇਹ ਗੱਲ ਕਹਿੰਨੇ ਕਿ ਪੰਜਾਬ ਦੇ ਲੋਕ ਏਕਾਕਰਨ ਪੰਜਾਬ ਦੇ ਲੋਕ ਭਾਈਚਾਰਕ ਸਾਂਝ ਦੇ ਵਿੱਚ ਰਹਿਣ ਵੱਧ ਤੋਂ ਵੱਧ ਵੋਟਾਂ ਪਾਉਣ ਕਤਾਰਾਂ ਦੇ ਵਿੱਚ ਲੱਗਣ ਫੀਸ ਦੀ ਵਿਧਾਉਣ ਵੈਸੇ ਵੀ ਸਾਡਾ ਚੋਣ ਕਮਿਸ਼ਨ ਨੇ ਗੱਲ ਕਹਿੰਦਾ ਇਸ ਵਾਰ 70 ਫੀਸਦੀ ਤੋਂ ਪਾਰ ਬਿਲਕੁਲ ਸੱਚ ਹੈ 80 ਫੀਸਦੀ ਵੋਟਾਂ ਪੈਣ 90 ਫੀਸਦੀ ਪੈ ਜਾਣ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਜਦੋਂ ਨੇਤਾ ਲੋਕ ਹੀ ਭਰੋਸਾ ਤੋੜਦੇ ਤੇ ਕੋਈ 70 ਫੀਸਦੀ ਪਾਉ ਕਿਵੇਂ ਸਵਾਲ ਇਹ ਆ ਜਦੋਂ ਨੇਤਾ ਦਾ ਦੀਨਮਜਬੀ ਕੋਈ ਨਹੀਂ ਭਰੋਸਾ ਹੀ ਕੋਈ ਨਹੀਂ ਵੀ ਪਾਈ ਇਹਨੇ ਆਉਂਦੇ ਸਮੇਂ ਦੇ ਵਿੱਚ ਚਲੇ ਕਿਹੜੇ ਪੱਥੇ ਜਾਣਾ ਤੇ ਫਿਰ ਭਾਈ VOTER ਦੇ ਮਨੋਬਲ ਦੇ ਉੱਤੇ ਕਿੰਨੀ ਸੱਟ ਵੱਜਦੀ ਹੈ VOTER ਦੇ ਮਨ ਦੇ ਉੱਤੇ ਕੀ ਉਹਦਾ ਅਸਰ ਪੈਂਦਾ ਇਹਦੇ ਬਾਰੇ ਆਪਾਂ ਕਿਉਂ ਨਾ ਸੋਚੀਏ ਅਸੀਂ ਚਾਹੁੰਦੇ ਜੀ ਕਿ ਵਰਤਵਧ ਵੋਟਾਂ ਪੈਣ ਪਰ ਦੇਖੋ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਔਰ ਉਹ ਤਿੱਖੜ ਦੁਪਹਿਰਾ ਹੋਣਾ ਉਦੋਂ ਪੂਰੀ ਗਰਮੀ ਹੋਣੀ ਸਿਖਰ ਦੇ ਉੱਤੇ ਗਰਮੀ ਹੋਣੀ ਆ ਗਿੱਚੀ ਤੋਂ ਲੈ ਕੇ ਗਿੱਟਿਆਂ ਤੱਕ ਮੜਕਾ ਚੋਂਦਾ ਹੋਣਾ ਜੇਕਰ ਉੱਥੇ ਕਤਾਰ ਦੇ ਵਿੱਚ ਖੜ ਕੇ ਜਿੰਨੂੰ ਵੀ ਵੋਟਾਂ ਪਾਈਆਂ ਤੁਸੀਂ ਜੇ ਉਹਨੇ ਭਾਈ ਪਾਰਟੀ ਬਦਲ ਲਈ ਤੇ ਤੁਹਾਨੂੰ ਆਪਣੇ ਆਪ ਦੇ ਉੱਤੇ ਦੁੱਖ ਹੋਊਗਾ ਸ਼ਰਮਿੰਦਗੀ ਹੋਊਗੀ ਵੀ ਅਸੀਂ ਇਹਨਾਂ ਦੇ ਪਿੱਛੇ ਖੜੇ ਕਿਉਂ ਕਤਾਰਾਂ ਦੇ ਵਿੱਚ ਨੇਤਾ ਦਾ ਪਤਾ ਹੀ ਕੋਈ ਨਹੀਂ ਮੇਰੀ ਫਿਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਵੀ ਸੰਘ ਪਾੜਨ ਤੋਂ ਪਹਿਲਾਂ ਸੋਚਿਆ ਕਰੋ ਤੁਸੀਂ ਜਿਹਦੇ ਮਗਰ ਮਰਜ਼ੀ ਕਹਦੇ ਨੇ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਜਦੋਂ ਤੁਹਾਡਾ ਪਹਿਰਾ ਦੇਾਂਗੇ ਠੋਕੇ ਵਾਲਾ ਬੰਦਾ ਦੂਜੀ ਪਾਰਟੀ ਚਲਾ ਜਾਂਦਾ ਸ਼ਰਮ ਸ਼ਰਮਤਾ ਆਉਂਦੀ ਹੋਣੀ ਮਾੜੀ ਮੁੱਟੀ ਵੀ ਭਾਈ ਆਹ ਕੀ ਬਣ ਗਿਆ ਤੁਹਾਨੂੰ ਗੱਛੀ ਤਾਂ ਪੈਂਦੀ ਹੋ ਸਕਦੀ ਆ ਵੇ ਪਾਈ ਯਾਰ ਅਸੀਂ ਇਹਦੇ ਪਿੱਛੇ ਅੜਿੰਗਦੇ ਰਹੇ ਆ ਤੇ ਇਹਦਾ ਪਤਾ ਹੀ ਕੋਈ ਨਹੀਂ ਸੀਗਾ ਵੀ ਪਾਈ ਇਹਨੇ ਕਿਹੜੇ ਪਾਸੇ ਚਲੇ ਜਾਣਾ ਕੀ ਰਵਨੀਤ ਸਿੰਘ ਬਿੱਟੂ ਦੇ ਜਾਣ ਤੋਂ ਬਾਅਦ ਭਾਜਪਾ ਦੇ ਵਿੱਚ ਜਾਣ ਤੋਂ ਬਾਅਦ ਜਿਹੜੇ ਵੀ ਉਹਦੇ ਸਮਰਥਕ ਆ ਜਿਨ੍ਹਾਂ ਨੇ ਵੀ ਪਿਛਲੀ ਵਾਰ 2019 ਦੇ ਵਿੱਚ ਬਹੁਤ ਕਮਾਲ ਕੀਤੀ ਸੀ ਪੂਰੇ ਜੋਸ਼ੀਲੇ ਨਾਰੇ ਲਾਏ ਸੀ ਉਹਨਾਂ ਦੇ ਮਨ ਦੇ ਉੱਤੇ ਸੱਟ ਨਹੀਂ ਵੱਜੀ ਕਿ ਪਾਈ ਸਾਡੇ ਨੇਤਾ ਜੀ ਕਿਹੜੇ ਪਾਸੇ ਚਲੇ ਗਏ ਚੱਬੇਵਾਲ ਸਾਹਿਬ ਕਾਂਗਰਸ ਨੂੰ ਛੱਡ ਕੇ ਆਪ ਦੇ ਵਿੱਚ ਆਏ ਕੀ ਉਹਨਾਂ ਦੇ ਹਲਕੇ ਦੇ ਲੋਕਾਂ ਨੂੰ ਇਸ ਗੱਲ ਦੇ ਉੱਤੇ ਥੋੜਾ ਜਿਹਾ ਦੁੱਖ ਜਾਂ ਗੁੱਸਾ ਨਹੀਂ ਹੋਇਆ ਹੋਣਾ ਵੀ ਯਾਰ ਅਸੀਂ ਇਹਨਾਂ ਦੇ ਪਿੱਛੇ ਕਿੱਥੇ ਕਿੱਥੇ ਪਿੱਟੜੇ ਪੁਆਈ ਰੱਖੇ ਤੇ ਇਹ ਜਨਾਬ ਕਿਹੜੇ ਪਾਸੇ ਚਲੇ ਗਏ ਆ ਹੁਣ ਸ਼ੀਤਲ ਅੰਗਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਵੀ ਚਲੇ ਗਏ ਆ ਦੋਵੇਂ ਜਣੇ ਆਪ ਨੂੰ ਬਾਏ ਬਾਏ ਕਹਿ ਕੇ ਤੇ ਬੀਜੇਪੀ ਦੇ ਕਮਲ ਦੇ ਫੁੱਲ ਨਾਲ ਜੁੜ ਗਏ ਆ ਰੌਲਾ ਪੈ ਗਿਆ ਚਾਰੇ ਪਾਸੇ ਚਲੇ ਗਏ ਚਲੇ ਗਏ ਚਲੇ ਗਏ ਵੈਸੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਅੱਗੇ-ਅੱਗੇ ਦੇਖੋ ਹੋਤਾ ਹੈ ਕੀ ਬੜਾ ਕੁਝ ਹੋਣਾ ਹਾਲੇ ਬਾਕੀ ਆ ਜਿਹਦੇ ਉੱਤੇ ਤੁਸੀਂ ਰੱਬ ਜਿੰਨਾ ਯਕੀਨ ਕਰੇ ਬੈਠੇ ਆ ਉਹਨੇ ਪਟੱਕ ਦੇਣੇ ਦੂਜੇ ਪਾਸੇ ਚਲੇ ਜਾਣਾ ਉਨੇ ਇਹ ਨਹੀਂ ਗੱਲ ਕਰਨੀ ਵੀ ਭਾਈ ਮੇਰੇ ਹਲਕੇ ਦੇ ਲੋਕ ਕਿਤੇ ਗੁੱਸੇ ਦਾ ਹੋ ਜਾਣ। ਉਹਨੇ ਇਹ ਗੱਲ ਕਣੀ ਆ ਕਿ ਮੈਂ ਹਲਕੇ ਦੇ ਵਿਕਾਸ ਵਾਸਤੇ ਗਿਆ ਤੇ ਮੈਂ ਹੀ ਨਹੀਂ ਕਰੇ ਦੇਖਿਆ ਵੀ ਹਲਕੇ ਦੇ ਲੋਕ ਇਕੱਠੇ ਹੋ ਕੇ ਨੇਤਾ ਜੀ ਕੋਲੇ ਗਏ ਹੋਣ ਕਿ ਰੱਬ ਦਾ ਵਾਸਤਾ ਇਸ ਪਾਰਟੀ ਨੂੰ ਛੱਡ ਕੇ ਦੂਜੀ 'ਚ ਚਲੇ ਜਾਓ ਨਹੀਂ ਤਾਂ ਸਾਨੂੰ ਕੁਝ ਹੋ ਜਾਊਗਾ। ਇਹ ਆਪਦੀਆਂ ਕੁਰਸੀਆਂ ਦੀ ਖਾਤਰ ਜਾਂਦੇ ਆ। ਆਪਣੇ ਅਹੁਦਿਆਂ ਦੀ ਖਾਤਰ ਜਾਂਦੇ ਆ। ਆਪਣੇ ਭਵਿੱਖ ਦੀ ਖਾਤਰ ਜਾਂਦੇ ਆ। ਆਪਣੇ ਘਰ ਦੀ ਖਾਤਰ ਜਾਂਦੇ ਆ ਤੇ ਪੰਜਾਬੀਓ ਆਪਾਂ ਚਾਂਗੜਾ ਮਾਰਨ ਵਾਲੇ ਲੋਕ ਆਪਾਂ ਤਮਾਸ਼ਾ ਕਰਨ ਵਾਲੇ ਲੋਕ ਆਪਾਂ ਮਗਰ ਲੱਗ ਕੇ ਤੁਰਨ ਵਾਲੇ ਲੋਕ ਅਸੀਂ ਲਾਈ ਲਗ ਮਾਨਸਿਕਤਾ ਦੇ ਲੋਕ ਅਸੀਂ ਜੋ ਚਿੱਤ ਦੇ ਵਿੱਚ ਆਇਆ ਮਨ ਦੇ ਵਿੱਚ ਆਇਆ ਉਹਨੂੰ ਸੱਚ ਮੰਨ ਕੇ ਬਹਿ ਗਏ ਤੇ ਭਾਈ ਏਦਾਂ ਕਰਦੇ ਕਰਦੇ ਆਪਾਂ ਕਿੱਥੇ ਪਹੁੰਚ ਗਏ ਤੇ ਉਹ ਕਿੱਥੇ ਪਹੁੰਚ ਕੇ ਗੱਲ ਇਹ ਆ ਦੁੱਖ ਬਹੁਤ ਹੋਇਆ ਇਸ ਗੱਲ ਦੇ ਉੱਤੇ ਮੈਂ ਤਾਂ ਇੱਕ ਨਿੱਕੀ ਜਿਹੀ ਵੀ ਉਦਾਹਰਨ ਦੇਣਾ ਹੁਣਾਂ ਵੀ ਜਿਹੜੇ ਡੈਡੀਕੇਸ਼ਨ ਵਾਲੇ ਹੁੰਦੇ ਨੇ ਜਿਹੜੇ ਸਮਰਪਣ ਭਾਵਨਾ ਵਾਲੇ ਹੁੰਦੇ ਆ ਮਨ ਲੋਕ ਇੱਕ ਬੰਦਾ ਸਮਰਪਣ ਭਾਵਨਾ ਵਾਲਾ ਕਿਤੇ 15000 ਰੁਪਏ ਦੀ ਨੌਕਰੀ ਕਰਦਾ ਉਹਨੂੰ 5-7 ਸਾਲ ਹੋ ਗਏ ਉੱਥੇ ਨੌਕਰੀ ਕਰਦਿਆ ਜੇ ਉਹਨੂੰ ਕੋਈ ਹੋਰ ਦੁਕਾਨਦਾਰ ਪਟਕੇ ਲ ਜਾਵੇ ਵੀ 15ੜੀ ਥਾਂ ਤੇ 20000 ਮੇਰੇ ਕੋਲ ਲੈ ਲੈ ਆ ਜਾ ਉਹ ਬੰਦਾ ਸਟੈਂਡ ਰੱਖਦਾ ਉਹ ਕਹਿੰਦਾ ਨਹੀਂ ਯਾਰ ਮੇਰੀ ਇਹਦੇ ਨਾਲ 5 7 10 ਸਾਲ ਪੁਰਾਣੀ ਸਾਂਝ ਆ ਇਹ 5000 ਰੁਪਏ ਦੇ ਪਿੱਛੇ ਨਹੀਂ ਟੁੱਟਦੀ ਇੱਥੇ ਤੁਹਾਡੇ ਤੇ ਲੱਖਾਂ ਲੋਕਾਂ ਨੇ ਯਕੀਨ ਕੀਤਾ ਹੁੰਦਾ ਮਾਰਕੀਟ ਛੜੱਪਾ ਭਰਲੇ ਪਾਰ ਚਲੇ ਜਾਂਦੇ ਆ ਲੋਕਾਂ ਦਾ ਕਸੂਰ ਕੀ ਆ ਜਦੋਂ ਤੁਸੀਂ ਪਹਿਲੀ ਪਾਰਟੀ ਜਿੱਤਦੇ ਆ ਤੁਸੀਂ ਕਹਿੰਦੇ ਵੀ ਭਾਈ ਮੈਂ ਹਲਕੇ ਦਾ ਨਕਸ਼ ਸਵਾਰ ਦਿਆਂਗਾ ਮੈਂ ਕਮਾਲ ਕਰ ਦਿਆਂਗਾ ਸਿਰਾ ਲਾ ਦਿਆਂਗਾ ਫਿਰ ਤੁਸੀਂ ਦੂਜੀ ਜੰਨੇ ਆ ਇਹਨਾਂ ਨੇ ਮੈਨੂੰ ਕੁਝ ਕਰਨ ਨਹੀਂ ਦਿੱਤਾ ਮੈਨੂੰ ਨਵੀਂ ਥਾਂ ਤੇ ਆਸ ਬਹੁਤ ਆ ਇਹਨਾਂ ਨੇ ਮੇਰੇ ਰਾਹ ਦੇ ਵਿੱਚ ਕੰਡੇ ਵਿਛਾਏ ਮੇਰੇ ਭਲੇਖਾ ਸੀ ਮੈਂ ਇਹਨੂੰ ਨੰਗਾ ਕਰਾਂਗਾ ਇਸ ਪਾਰਟੀ ਨੂੰ ਫਿਰ ਤੁਸੀਂ ਆ ਗੱਲ ਕਹਿਣ ਲੱਗ ਪੈਨੇ ਆ ਥੋੜਾ ਜਿਹਾ ਸੋਚੋ ਵਿਚਾਰੋ ਪੰਜਾਬ ਦੇ ਲੋਕਾਂ ਦੇ ਉੱਤੇ ਰਹਿਮ ਕਰਨਾ ਸ਼ੁਰੂ ਕਰਗੇ ਕੁਰਸੀਆਂ ਕਰਸੀਆਂ ਨਾਲ ਨਹੀਂ ਜਾਣੀਆਂ ਪਰ ਪਤਾ ਨਹੀਂ ਕਿਉਂ ਸਾਡੇ ਰਾਜਨੀਤਿਕ ਲੋਕ ਇਵੇਂ ਜਦੋਂ ਕਰਦੇ ਆ ਦੁੱਖ ਹੋਣਾ ਸੁਭਾਵਕ ਆ ਸਾਰੇ ਨੇਤਾ ਹੀ ਅਸੀਂ ਚੰਗੇ ਮੰਨਦੇ ਆ ਕਿਉਂਕਿ ਪੰਜਾਬ ਦੇ ਲੋਕ ਇਦਾਂ ਕਰਦੇ ਹੁੰਦੇ ਸਾਰੇ ਹੀ ਚੰਗੇ ਆ ਭਾਈ ਪਰ ਜਦੋਂ ਤੁਸੀਂ ਚੰਗੇ ਤੋਂ ਉਲਟ ਵਾਲੀ ਗੱਲ ਕਰ ਜਾਂਦੇ ਆ ਤਾਂ ਤੁਹਾਡੀ ਆਪਣੀ ਕਦਰ ਘਟਾਈ ਕਿੰਨੀ ਹੁੰਦੀ ਆ ਕਦੇ ਇਹ ਸੋਚ ਕੇ ਦੇਖੋ 195 ਦਲ ਬਦਲੂਆਂ ਨੂੰ ਟਿਕਟਾਂ ਮਿਲੀਆਂ ਸੀ 219 ਦੇ ਵਿੱਚ ਉਹਨਾਂ 195 ਦੇ ਵਿੱਚੋਂ ਸਿਰਫ 23 ਜਿੱਤੇ ਆ ਮਤਲਬ ਇਹ ਆ ਵੀ ਦੇਸ਼ ਦੇ ਲੋਕਾਂ ਦਾ ਇੱਕ ਹਿੱਸਾ ਇਹ ਗੱਲ ਸੋਚਣ ਲੱਗ ਪਿਆ ਹੈ ਕਿ ਭਾਈ ਇਹਨਾਂ ਦਲ ਬਦਲੂਆਂ ਦੇ ਉੱਤੇ ਯਕੀਨ ਨਹੀਂ ਕਰਨਾ ਮੈਨੂੰ ਨਹੀਂ ਪਤਾ ਵੀ ਆਉਂਦੇ ਸਮੇਂ ਦੇ ਵਿੱਚ ਕੀ ਸਮੀਕਰਨ ਹੋਣਗੇ ਪੰਜਾਬ ਦੀ ਰਾਜਨੀਤੀ ਦੇ 13 ਦੇ ਵਿੱਚੋਂ 13 ਸੀਟਾਂ ਹੀ ਕੋਈ ਲੈ ਜਾਏ ਸਾਨੂੰ ਭਾਈ ਕੋਈ ਚੱਕਰ ਨਹੀਂਗਾ ਜਿਨੇ ਵੋਟਾ ਪਾਉਣੀਆਂ ਉਹ ਨਤੀਜਾ ਆਪੇ ਭੁਗਤੂਗਾ ਉਹਦੀ ਮਰਜ਼ੀ ਆ ਪਰ ਗੱਲ ਇਹ ਵੀ ਸੋਚ ਸਮਝ ਕੇ ਵੋਟਾ ਪਾਇਓ ਜਿਹੜਾ ਵੀ ਚੰਗਾ ਉਹਦੇ ਬਾਰੇ ਪਾਇਓ ਤੁਸੀਂ ਉਹ ਪੰਜਾਬੀਓ ਅਸੀਂ ਉਹ ਪੰਜਾਬੀ ਆ ਜੇਕਰ ਕਿਸੇ ਨੇ ਵਿਆਹ ਦੇ ਵਿੱਚ ਕਮਜ਼ੋਰ ਦਾ ਸੂਟ ਦਿੱਤਾ ਹੋਵੇ ਨਾ ਮਾੜਾ ਸੂਟ ਤੇ ਆਪਾਂ ਕਹਿੰਦੇ ਨੇ 5 ਸਾਲ 10 ਸਾਲ ਪੁਰਾਣੀ ਗੱਲ ਵੀ ਚਿੱਤੇ ਰੱਖਦੇ ਆ ਇੱਕ ਪੱਟਾ ਜਾਂ ਖੇਸਲਾਤਾ ਸੀ ਇੱਕ ਟੁੱਟਿਆ ਜਾਂ ਸੂਟ ਲਾਤਾ ਸੀ ਬੰਬਲ ਖੇਸ ਦੇ ਵੈਸੇ ਨਹੀਂ ਵਧੀਆ ਸੀ ਇਹ ਕਿਥੋਂ ਚੰਗੇ ਆ ਕੇ 10 ਸਾਲ ਪੁਰਾਣੀ ਗੱਲ ਚਿੱਤੇ ਰੱਖਦੇ ਆ ਉਹਨੇ ਸ਼ਗਨ ਦੇ ਵਿੱਚ ਸਾਨੂੰ 200 ਹੀ ਪਾਇਆ ਉਹਨੇ 500 ਹੀ ਪਾਇਆ ਉਹਨੇ ਨਾਨਕਾ ਸ਼ੱਕ ਦੇ ਵਿੱਚ ਆ ਕੁਝ ਕੀਤਾ 20-20 ਸਾਲ ਪੁਰਾਣੀਆਂ ਗੱਲਾਂ ਚ ਇਤੇ ਰੱਖਦੇ ਆ ਤੇ ਨੇਤਾ ਦੇ ਵੱਲੋਂ ਕੀਤੇ ਗਏ ਵਾਦੇ ਅਸੀਂ 5 ਸਾਲ ਨਹੀਂ ਚ ਇਤੇ ਰੱਖਦੇ ਅਗਲੇ ਸਾਲ ਫਿਰ ਅਸੀਂ ਕੋਈ ਨਾ ਕੋਈ ਹੋਰ ਠੋਕੜਾ ਛੜ ਮਾਰਦੇ ਆ ਮੜਾ ਜਾ ਸੋਚ ਕੇ ਪਹਿਲਾਂ ਇਸ ਰਿਪੋਰਟ ਦਾ ਵਿਰਵਾ ਕਿ ਸ਼ੀਤਲੋਂਗਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਕਿਉਂ ਗਏ ਆ ਬੀਜੇਪੀ ਦੇ ਵਿੱਚ ਤੇ ਫਿਰ ਕਰਾਂਗੇ ਟਿੱਪਣੀ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਮੈਂ ਜਲੰਧਰ ਦੇ ਵਿੱਚ ਰਹਿੰਦਿਆ ਆਮ ਆਮੀ ਪਾਰਟੀ ਦੇ ਨਾਲ 2 ਸਾਲ ਕੰਮ ਕੀਤਾ ਹਰ ਮੁੱਦੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਆਮ ਆਰਮੀ ਪਾਰਟੀ ਦੀ ਸਰਕਾਰ ਨੇ ਮੈਨੂੰ ਇਹ ਕੁਝ ਨਹੀਂ ਕਰਨ ਦਿੱਤਾ ਮੈਂ ਕਾਫੀ ਨਿਰਾਸ਼ ਹੋਇਆ ਮੈਂ ਪਿਛਲੇ ਦਿਨੀ ਭਾਜਪਾ ਦੇ ਕਈ ਮੰਤਰੀਆਂ ਨੂੰ ਜਲੰਧਰ ਦਾ ਕੰਮ ਕਰਵਾਉਣ ਵਾਸਤੇ ਮਿਲਿਆ ਉਹਨਾਂ ਨੇ ਮੈਨੂੰ ਸਨਮਾਨ ਦਿੱਤਾ ਤੇ ਮੇਰੇ ਹਲਕੇ ਦੇ ਸਾਰੇ ਕੰਮ ਨਾਲ ਦੀ ਨਾਲ ਕਰਵਾ ਦਿੱਤੇ ਮੈਂ ਕਾਫੀ ਪ੍ਰਭਾਵਿਤ ਹੋਇਆ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਜਲੰਧਰ ਦੇ ਲਈ ਬਿਨਾ ਡਰੇ ਕੇਂਦਰ ਸਰਕਾਰ ਤੋਂ ਕੰਮ ਕਰਵਾ ਸਕਦਾ ਰਿੰਕੂ ਨੇ ਕਿਹਾ ਮੈਨੂੰ ਸੱਤਾ ਦਾ ਕੋਈ ਲਾਲਚ ਨਹੀਂ ਸਿਰਫ ਜਲੰਧਰ ਦੇ ਲੋਕਾਂ ਦੀ ਬਿਹਤਰੀ ਵਾਸਤੇ ਹੀ ਮੈਂ ਇਕਦਮ ਚੁੱਕਿਆ ਰਿੰਕੂ ਨੇ ਕਿਹਾ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਤਰੱਕੀ ਹੋ ਰਹੀ ਹੈ ਇਹਦਾ ਕਾਰਨ ਸਿਰਫ ਬੀਜੇਪੀ ਦੀ ਸਰਕਾਰ ਹੈ ਪਰ ਪੰਜਾਬ ਦੇ ਵਿੱਚ ਇਹ ਕਮੀ ਬਹੁਤ ਰੜਕ ਰਹੀ ਸੀ ਦੂਜੇ ਪਾਸੇ ਸ਼ੀਤਲੰਗਰਾਲ ਨੇ ਇਹ ਗੱਲ ਕਹੀ ਹੈ ਕਿ ਉਹ ਵੀ ਜਲੰਧਰ ਹਲਕੇ ਦੇ ਵਿਕਾਸ ਦੇ ਵਾਸਤੇ ਬੀਜੇਪੀ ਦੇ ਵਿੱਚ ਆਏ ਨੇ ਤੇ ਆਉਂਦੇ ਸਮੇਂ ਦੇ ਵਿੱਚ ਉਹ ਬਹੁਤ ਜਲਦ ਆਮ ਆਰਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਨੰਗਾ ਕਰਕੇ ਰੱਖ ਦੇਣਗੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਅਸੀਂ ਸੰਖੇਪ ਦੇ ਵਿੱਚ ਗੱਲ ਸਾਂਝੀ ਕੀਤੀ ਹੈ ਬਿਆਨਾਂ ਦੇ ਰੂਪ ਦੇ ਵਿੱਚ ਕਿ ਨੇਤਾ ਸਹਿਬਾਨ ਕੀ ਕੀ ਗੱਲ ਕਹਿ ਰਹੇ ਆ ਰਵਨੀਤ ਸਿੰਘ ਬਿੱਟੂ ਕਹਿੰਦੇ ਮੈਂ ਲੁਧਿਆਣੇ ਦੇ ਵਿਕਾਸ ਵਾਸਤੇ ਗਿਆ ਇਹ ਦੋਨੋਂ ਨੇਤਾ ਸਹਿਬਾਨ ਕਹਿੰਦੇ ਜੀ ਅਸੀਂ ਜਲੰਧਰ ਦੇ ਵਿਕਾਸ ਵਾਸਤੇ ਬੀਜੇਪੀ ਚ ਗਏ ਆ ਤੇ ਜਿਹੜੇ ਜਿਹੜੇ ਬੀਜੇਪੀ ਦੇ ਪਹਿਲੇ ਨੇਤਾ ਜਿਹੜੇ ਜਲੰਧਰ ਤੋਂ ਆ ਜਿਹੜੇ ਲੁਧਿਆਣੇ ਤੋਂ ਆ ਜਿਹੜੇ ਹੋਰ ਥਾਵਾਂ ਤੋਂ ਆ ਉਹਨਾਂ ਨੇ ਵਿਕਾਸ ਕਿਉਂ ਨਹੀਂ ਕੀਤਾ ਗਿਆ ਕਿ ਉਹਨਾਂ ਨੂੰ ਵਿਕਾਸ ਕਰਨਾ ਨਹੀਂ ਆਉਂਦਾ ਫਿਰ ਸਵਾਲ ਇਹ ਆ ਕੇਂਦਰ ਦੇ ਵਿੱਚ ਸਰਕਾਰ ਤਾਂ ਉਹਨਾਂ ਦੀ ਵੀ ਓਨੀ ਆ ਨਾ ਜਿਹੜੀ ਪਾਰਟੀ 'ਚ ਤੁਸੀਂ ਹੁਣ ਗਏ ਆ ਇਸੇ ਪਾਰਟੀ ਦੇ ਵਿੱਚ 20 25 25 30 30 ਸਾਲ ਤੋਂ ਜਾਂ ਪੀੜੀ ਦਰ ਪੀੜੀ ਲੋਕ ਵੀ ਬੈਠੇ ਆ ਉਹਨਾਂ ਨੇ ਉਸ ਹਲਕੇ ਦਾ ਵਿਕਾਸ ਕਿਉਂ ਨਹੀਂ ਕਰਵਾਇਆ ਜਾਂ ਉਹਨਾਂ ਦੇ ਕਹਿਤੇ ਹੋਇਆ ਨਹੀਂ ਜਿਹੜਾ ਕਿ ਤੁਹਾਡੇ ਕਹਿਤੀ ਹੋ ਸਕਦਾ ਸਵਾਲਾਂ ਦਾ ਸਵਾਲ ਇਹ ਆ ਕੀ ਸੱਚੀ ਮੁੱਚੀ ਜਲੰਧਰ ਦੇ ਮਕਸਦ ਹੁਣ ਹੱਲ ਹੋ ਜਾਣਗੇ ਕੀ ਜਲੰਧਰ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਤੇ ਕੀ ਜੇਕਰ ਵੋਟਾਂ ਦੇਵਤੇ ਇਹ ਖੜਦੇ ਨੇ ਇਹਨਾਂ ਨੂੰ ਅਮੀਰਵਾਰ ਬਣਾ ਦਿੱਤਾ ਜਾਊਗਾ ਇਹ ਤਾਂ ਗੱਲ ਪੱਕੀ ਆ ਤਾਂ ਲੋਕ ਵੋਟਾਂ ਪਾਉਣਗੇ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਇਸ ਵੇਲੇ ਵਿਰੋਧੀ ਪਾਰਟੀਆਂ ਦੇ ਰਾਜਨੀਤਿਕ ਆਗੂਆਂ ਨੇ ਵੀ ਤਿੱਖੇ ਤੇਵਰ ਦਿਖਾਏ ਆ ਉਹਨਾਂ ਨੇ ਕਿਹਾ ਵੀ ਦੇਖੋ ਆਮ ਆਦਮੀ ਪਾਰਟੀ ਦੇ ਆਗੂ ਕਹਿੰਦੇ ਹੁੰਦੇ ਆ ਯਾਰ ਮੇਰਾ ਤਿਤਲੀਆਂ ਵਰਗਾ ਸਾਡੀਆਂ ਤਿਤਲੀਆਂ ਪਟਪਟ ਕੇ ਲੈ ਕੇ ਗਏ ਤੁਹਾਡੀਆਂ ਤਿਤਲੀਆਂ ਅੱਗੇ ਚਲੀਆਂ ਗਈਆਂ ਬਾਜਵਾ ਸਾਹਿਬ ਨੇ ਤੇ ਵੀ ਗੱਲ ਕਹੀ ਆ ਸਾਡੇ ਲਈ ਟੂਆ ਪਟਿਆ ਹੁਣ ਆਪ ਵੀ ਡਿੱਗੀ ਜਾਨੇ ਆ ਚੰਨੀ ਸਾਹਿਬ ਇਹ ਗੱਲ ਕਹਿੰਦੇ ਆ ਸਟੈਂਡ ਸਾਈਕਲ ਦਾ ਵੀ ਹੁੰਦਾ ਪਰ ਦੇਖੋ ਇਹਨਾਂ ਲੋਕਾਂ ਦਾ ਕੋਈ ਸਟੈਂਡ ਨਹੀਂਗਾ ਕਾਂਗਰਸ ਵਾਲੇ ਆਪ ਤੇ ਜਾ ਰਹੇ ਆ ਆਪ ਵਾਲੇ ਬੀਜੇਪੀ ਤੇ ਜਾ ਰਹੇ ਆ ਹੈਰਾਨੀ ਹੁੰਦੀ ਆ ਵੀ ਭਾਈ ਪੰਜਾਬ ਦੇ ਵਿੱਚ ਹੋਈ ਕੀ ਕੀ ਜਾਂਦਾ ਨੇਤਾਵਾਂ ਦੇ ਸਿਧਾਂਤ ਕਿੱਥੇ ਆ ਨੈਤਿਕਤਾ ਕਿੱਥੇ ਆ ਚਦਰਾਂ ਕੀਮਤਾ ਕਿੱਥੇ ਆ ਜ਼ਿੰਮੇਵਾਰੀਆਂ ਕਿੱਥੇ ਆ اخلاق ਕਿੱਥੇ ਆ ਇਹਨਾਂ ਗੱਲਾਂ ਦੇ ਵੱਲ ਕੋਈ ਗੌਰ ਨਹੀਂ ਕਰਦਾ ਹਾਲਾਂਕਿ ਆਪਾਂ ਇਹ ਵੀ ਜਾਣਦੇ ਆ ਚੋਣਾਂ ਨਾਂ ਤੱਕ ਇਹ ਵੀ ਗੱਲਾਂ ਪੁਰਾਣੀਆਂ ਹੋ ਜਾਣੀਆਂ ਹਾਲੇ 3-4 ਹੋਰ ਵੀ ਜਾਣ ਨੂੰ ਫਿਰਦੇ ਆ ਉਹ ਵੀ ਗਾਇਕੇ ਗਾਇਕ ਲੰਘ ਕੱਲ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਦੇ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਆ ਉਹ ਕਹਿੰਦੇ ਵੀ ਭਾਈ 25-25 ਕਰੋੜ ਰੁਪਈਆ ਸਾਨੂੰ ਦੇਣ ਨੂੰ ਤਿਆਰ ਆ ਪਰ ਅਸੀਂ ਲੈਣਾ ਨਹੀਂ ਉਹ ਕਹਿੰਦੇ ਵੀ 25-25 ਕਰੋੜ ਰੁਪਈਆ ਦੀ ਆਫਰ ਆਈ ਹੈ ਪੇਸ਼ਕਸ਼ ਆਈ ਆ ਇਹ ਗੱਲ ਇੱਥੇ ਨਹੀਂ ਆਈ ਇਹ ਗੱਲ ਦਿੱਲੀ ਦੇ ਵਿੱਚ ਦੋ ਵਾਰ ਉੱਠੀ ਆ ਤੁਹਾਨੂੰ ਚੇਤੇ ਹੋਣਾ ਵੀ ਦਿੱਲੀ ਦੇ ਵਿੱਚ ਜਦੋਂ ਪਹਿਲੀ ਵਾਰ 25-25 ਕਰੋੜ ਰੁਪਈਆ ਲੈ ਲੋ ਤਾਂ ਸਾਡੇ ਵੱਲ ਆਜੋ ਇਹ ਕਿਥਿਤ ਦੋਸ਼ ਲੱਗੇ ਸੀਗੇ ਭਾਜਪਾ ਦੇ ਉੱਤੇ ਤੇ ਉਸ ਵੇਲੇ ਨਾਮ ਦਿੱਤਾ ਗਿਆ ਸੀ ਆਪਰੇਸ਼ਨ ਲੋਟਸ ਫਿਰ ਦੂਜੀ ਵਾਰ ਮੁੱਦਾ ਉੱਠਿਆ ਆਪਰੇਸ਼ਨ ਲੋਟਸ ਪਾਰਟ 2 ਉਦੋਂ ਵੀ ਇਹ ਗੱਲ ਕਹੀ ਗਈ ਸੀ ਵੀ ਚਾਰ ਪੰਜ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿਧਾਇਕਾਂ ਨੂੰ ਫੋਨ ਆ ਗਿਆ ਵੀ ਤੁਸੀਂ ਸਾਡੇ ਵਾਲੇ ਪਾਲੇ ਚ ਆਜੋ ਕੁਝ ਹੋਰ ਵਿਧਾਇਕ ਅਸੀਂ ਪੱਟ ਲੈਣੇ ਆ ਸਰਕਾਰ ਅਸੀਂ ਆਮ ਆਦਮੀ ਪਾਰਟੀ ਦੀ ਡਿਗ ਦੇਣੀ ਆ ਪਰ ਉਹ ਕਦੇ ਵੀ ਸਾਡੇ ਵਾਲੇ ਜਾਂਦੇ ਨਹੀਂ ਹੁੰਦੇਗੇ ਹੁਣ ਉਹੀ ਤਰਜ਼ਾ ਜਿਹੜੀ ਉਹ ਪੰਜਾਬ ਦੇ ਵਿੱਚ ਆ ਕੀ ਸੱਚੀ ਮੁੱਚੀ ਪੰਜਾਬ ਦੇ ਵਿਧਾਇਕ ਪੱਟੇ ਜਾ ਸਕਦੇ ਆ ਤੁਹਾਨੂੰ ਚੇਤੇ ਹੋਣਾ ਵੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕੁਝ ਮਹੀਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਸਾਡੇ ਸੰਪਰਕ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਹੈਗੇ ਆ ਉਹ ਗੱਲ ਉੱਠੀ ਬਾਅਦ ਵਿੱਚ ਠੱਪ ਹੋ ਗਈ ਗੱਲ ਖਤਮ ਹੋ ਗਈ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇਹ ਗੱਲ ਖੁਦ ਕਹਿਣੀ ਸ਼ੁਰੂ ਕੀਤੀ ਆ ਕਿ ਭਾਈ ਸਾਡੇ ਨਾਲ ਸੰਪਰਕ ਕੀਤਾ ਜਾ ਰਿਹਾ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਵੀ ਇਸ ਨੰਬਰ ਤੋਂ ਸਾਨੂੰ ਵਿਦੇਸ਼ ਦੇ ਵਿੱਚੋਂ ਸੇਵਕ ਸਿੰਘ ਨਾਂ ਦਾ ਵਿਅਕਤੀ ਆ ਜਿਹੜਾ ਫੋਨ ਕਰ ਰਿਹਾ ਜਿਹੜਾ ਇਹ ਗੱਲ ਕਹਿੰਦਾ ਵੀ ਭਾਈ ਭਾਜਪਾ ਚ ਆਜੋ 25-25 ਕਰੋੜ ਰੁਪਏ ਲੈ ਲਓ ਇੱਕ ਕੇ ਜਾਣਾ ਤੁਹਾਨੂੰ ਟਿਕਟਾਂ ਵੀ ਦੇਵਾਂਗੇ ਤੁਹਾਨੂੰ ਸਹੂਲਤਾਂ ਵੀ ਦੇਵਾਂਗੇ ਪਰ ਅਸੀਂ ਜਾਣ ਵਾਲਿਆਂ ਦੇ ਵਿੱਚੋਂ ਨਹੀਂ ਹੁਣ ਮੋਟੀ ਜੀ ਗੱਲ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਦੇ 59 ਵਿਧਾਇਕ ਹੋਣਗੇ ਉਸ ਪਾਰਟੀ ਦੀ ਸਰਕਾਰ ਬਣ ਜਾਣੀ ਆ ਪੰਜਾਬ ਦੇ ਵਿੱਚ ਵਿਧਾਇਕ ਹੈਗੇ 92 ਮੰਨ ਲਓ ਤੁਸੀਂ 30 ਵਿਧਾਇਕ ਪੱਟ ਵੀ ਲਓ ਤੇ ਸਰਕਾਰ ਫੇਵਰਿੰਡਿਕ ਦੀ ਤੁਸੀਂ 32 ਵਿਧਾਇਕ ਪੱਟ ਲਓ ਸਰਕਾਰ ਫੇਵਰਿੰਡਿਕ ਦੀ ਪਰ ਜੇ ਪੰਜਾਂ ਸੱਤਾ ਦਸਾਂ ਨੂੰ ਫੋਨ ਆਉਂਦੇ ਆ ਵੀ ਭਾਈ ਤੁਸੀਂ ਸਾਡੇ ਵਾਲੇ ਪਾਸੇ ਆ ਜਾਓ ਜੇ ਮੰਨ ਲਓ ਉਹ ਚਲੇ ਵੀ ਜਾਣ ਉਦਾਹਰਨ ਦੇ ਤੌਰ ਤੇ ਸਰਕਾਰ ਜਦੋਂ ਡਿਗਦੀ ਨਹੀਂ ਤੇ ਫਿਰ ਭਾਈ ਉਹਨਾਂ ਨੇ 25-25 ਕਰੋੜ ਰੁਪਏ ਲੈਣਾ ਕਿਉਂ ਆ ਜਾਂ ਤਾਂ ਆਪਾਂ ਇਹ ਗੱਲ ਕਹਿ ਕੇ ਗਏ ਵੀ ਪੰਜਾਬ ਵਿਧਾਇਕ ਨੂੰ ਪੱਟਣ ਦੀ ਤਿਆਰੀ ਆ 50 ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਆਫਰ ਹੋ ਗਈ ਆ ਉਹ ਜਾ ਰਹੇ ਆ ਸਰਕਾਰ ਤਾਂ ਡਿਗਦੀ ਆ ਹਾਲੇ ਸਰਕਾਰ ਡਿਗਣ ਦੀ ਕਿਸੇ ਵੀ ਤਰ੍ਹਾਂ ਦੀ ਖਤਰੇ ਦੀ ਕੋਈ ਗੱਲ ਨਹੀਂ ਆ ਪਰ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਆ মিডিਆ ਦੇ ਮੂਹਰੇ ਗੱਲ ਰੱਖੀ ਆ ਵਿਧਾਇਕ ਸਹਿਬਾਨ ਨੇ ਇਹ ਗੱਲ ਕਹੀ ਆ ਵੀ ਭਾਈ ਸਾਡੇ ਨਾਲ ਸੰਪਰਕ ਕੀਤਾ ਜਾ ਰਿਹਾ ਪਰ ਅਸੀਂ ਵਿਕਣ ਵਾਲਿਆਂ ਦੇ ਵਿੱਚੋਂ ਨਹੀਂ ਅਸੀਂ ਰੁਕਣ ਵਾਲਿਆਂ ਦੇ ਵਿੱਚੋਂ ਨਹੀਂ ਅਸੀਂ ਡਟੇ ਹੋਏ ਆ ਅਸੀਂ ਸਿਧਾਂਤਕ ਲੋਕ ਆ ਅਸੀਂ ਪਿੱਛੇ ਨਹੀਂ ਹਟਦੇ ਭੋਰਾ ਵੀ ਸਾਡੇ ਲਈ ਪੈਸੇ ਕੋਈ ਮਾਇਨੇ ਨਹੀਂ ਰੱਖਦੇ ਸਾਡੇ ਲਈ ਕੁਰਸੀਆਂ ਕੋਈ ਮਾਇਨੇ ਨਹੀਂ ਰੱਖਦੀਆਂ ਸਾਡੇ ਲਈ ਰਤਬੇ ਕੋਈ ਮਾਇਨੇ ਨਹੀਂ ਰੱਖਦੇ ਚਲੋ ਗੱਲ ਤਾਂ ਭਾਈ ਚੰਗੀ ਆ ਪਰ ਇਹੀ ਗੱਲ ਕੁਝ ਕੁ ਲੋਕਾਂ ਨੇ ਪਹਿਲਾਂ ਵੀ ਕਹੀ ਸੀ ਉਹ ਇਹ ਗੱਲ ਕਹਨੇ ਸੀ ਕਿ ਭਾਈ ਬੀਜੇਪੀ ਦੇ ਵੱਲੋਂ ਬੰਦੇ ਪੱਟਣ ਦੀ ਤਿਆਰੀ ਆ ਉਹ ਬੀਜੇਪੀ 'ਚ ਹੀ ਚਲੇ ਗਏ ਹੁਣ ਹੁਣ ਤੁਸੀਂ ਇਹ ਗੱਲ ਕਹਿੰਦੇ ਹੋ ਵੇਨੇ ਭਾਈ ਇਸ ਮਾਮਲੇ ਦੇ ਉੱਤੇ ਪੜਤਾਲ ਕੀ ਹੁੰਦੀ ਆ ਉਦਾਂ ਬੀਜੇਪੀ ਨੇ ਗੱਲ ਕਹੀ ਹੈ ਵੀ ਸਰਕਾਰ ਪੰਜਾਬ ਦੇ ਵਿੱਚ ਤੁਹਾਡੀ ਜੇ ਤੁਹਾਨੂੰ ਕਿਸੇ ਨੇ ਪੈਸੇ ਦੀ ਆਫਰ ਕੀਤੀ ਆ ਤੁਸੀਂ ਭਾਈ ਕਾਰਵਾਈ ਕਰੋ ਤੁਸੀਂ ਪੜਤਾਲ ਕਰਾ ਲਓ ਨਾਲੇ ਪਤਾ ਲੱਗ ਜਾਊਗਾ ਵੀ ਸਹੀ ਕੌਣਾ ਤੇ ਗਲਤ ਕੌਣਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ ਸ਼ੀਤਲ ਉਂਗਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਆਮ ਆदमी ਪਾਰਟੀ ਛੱਡਣ ਤੋਂ ਬਾਅਦ ਆਮ ਆदमी ਪਾਰਟੀ ਦੇ ਸੀਨੀਅਰ ਨ타ਵਾਂ ਨੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੇ ਉੱਤੇ ਗੰभीर ਦੋਸ਼ ਲਾਏ ਨੇ ਵਿਧਾਇਕਾਂ ਦਾ ਦੋਸ਼ ਹੈ ਕਿ ਉਹਨਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਨੇ ਨਾਲ ਹੀ ਫੋਨ ਕਰਨ ਵਾਲਾ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਵਾਸਤੇ 25-25 ਕਰੋੜ ਰੁਪਈਆ ਤੇ ਉਹਦਾਂ ਦਾ ਲਾਲਚ ਵੀ ਦੇ ਰਿਹਾ ਇਸ ਮਾਮਲੇ ਦੇ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਵਿਨੀਤ ਜੋਸ਼ੀ ਦਾ ਕਹਿਣਾ ਕਿ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਜੇਕਰ ਉਹਨਾਂ ਦੇ ਵਿਧਾਇਕ ਸਹੀ ਦੋਸ਼ ਲਾ ਰਹੇ ਨੇ ਤਾਂ ਇਸ ਮਾਮਲੇ ਦੀ ਪੜਤਾਲ ਕਰਵਾਉਣ ਬੀਜੇਪੀ ਦੇ ਬੁਲਾਰੇ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਦੋਸ਼ ਆਮ ਆਦਮੀ ਪਾਰਟੀ ਵਾਲੇ ਲਗਾ ਚੁੱਕੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਜਲਾਲਾਬਾਦ ਦੇ ਵਿਧਾਇਕ ਦਰਦੀਪ ਗੋਲਦੀ ਕੰਬੋਜ ਰਜਿੰਦਰਪਾਲ ਕੌਰ ਸ਼ੀਨਾ ਤੇ ਅਮਨਦੀਪ ਸਿੰਘ ਮੁਸਾਫਰ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਪਾਰਟੀ ਦੇ ਨੇਤਾਵਾਂ ਸੰਸਦ ਮੈਂਬਰਾਂ ਤੇ ਕੌਂਸਲਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਾਡਾ ਕੋਈ ਵੀ ਨੇਤਾ ਕਿਸੇ ਲਾਲਚ ਦੇ ਵਿੱਚ ਨਹੀਂ ਆਵੇਗਾ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਇੱਕੋ ਫੋਨ ਨੰਬਰ +35796718 959 ਜਾਨਕਿ 357 967 18959 ਤੋਂ ਕਾਲ ਆਈ ਹੈ ਤੇ ਫੋਨ ਕਰਨ ਵਾਲੇ ਨੇ ਖੁਦ ਨੂੰ ਸੇਵਕ ਸਿੰਘ ਕਿਹਾ ਉਹਨਾਂ ਨੂੰ ਲਾਲਚ ਦਿੱਤੇ ਗਏ ਨੇ ਨਾਲ ਹੀ ਡਿਮਾਂਡ ਵੀ ਪੁੱਛੀ ਗਈ ਹੈ ਹਾਲਾਂਕਿ ਤਿੰਨਾਂ ਨੇ ਮਨਾਂ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਜੀ ਕਿ ਅਸੀਂ ਕੇਦਰੀਵਾਲ ਦੇ ਪੱਕੇ ਸਿਪਾਹੀ ਹਾਂ ਅਸੀਂ ਕਿਤੇ ਨਹੀਂ ਜਾਵਾਂਗੇ ਕਿਤੇ ਨਹੀਂ ਡਰਾਂਗੇ ਨਾ ਝੁਕਾਂਗੇ ਉਹਨਾਂ ਨੇ ਕਿਹਾ ਕਿ ਪੰਜਾਬ ਗਾਣੇ ਮੁਗਲਾ ਉਹ ਡਰ ਨਹੀਂ ਮੰਨਿਆ ਅੰਗਰੇਜ਼ਾਂ ਤੋਂ ਡਰ ਨਹੀਂ ਮੰਨਿਆ ਹੁਣ ਬੀਜੇਪੀ ਦੇ ਅਤਿਆਚਾਰ ਦੇ ਅੱਗੇ ਝੁਕਾਂਗੇ ਨਹੀਂ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦਾ ਪ੍ਰਚਾਰ ਸ਼ੁਰੂ ਕੀਤਾ ਸੀ ਉਸ ਸਮੇਂ ਕੇਜਰੀਵਾਲ ਨੇ ਬੀਜੇਪੀ ਦੇ ਉੱਤੇ ਸਰਕਾਰ ਡੇਗਣ ਦੇ ਦੋਸ਼ ਲਾਏ ਸਨ ਨਾਲ ਹੀ ਇਹ ਗੱਲ ਕਹੀ ਸੀ ਕਿ ਉਹਨਾਂ ਦੇ ਵਿਧਾਇਕਾਂ ਦੇ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਦੇਖੋ ਵਕਤ ਦੱਸੂਗਾ ਜੇਕਰ ਪੜਤਾਲ ਕਰਨ ਦਾ ਮੌਕਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਪੜਤਾਲ ਕਰਨੀ ਚਾਹੀਦੀ ਹੈ ਹੋ ਸਕਦਾ ਭਾਈ ਕੋਈ ਪੇਸ਼ਕਸ਼ ਕਰ ਵੀ ਰਿਹਾ ਹੋਵੇ ਉਹ ਅੱਜ ਤਿੰਨਾਂ ਨੂੰ ਪਟਦੇ ਕੱਲ ਨੂੰ 13 ਨੂੰ ਫਿਰਤੇਆਂ ਨੂੰ ਫਿਰ ਤੇ ਤਕ ਨੂੰ ਪਰ ਪਟਾਲ ਨੂੰ ਵੀ ਪਟੜਣਗੇ ਇਸ ਕਰਕੇ ਭਾਈ ਪਟਾਲ ਹੋ ਹੀ ਜਾਣੀ ਚਾਹੀਦੀ ਆ ਸੱਚ ਸਭ ਦੇ ਸਾਹਮਣੇ ਆਉਣਾ ਚਾਹੀਦਾ ਪਰ ਕੱਲੀ ਗੱਲ ਕਰਨ ਦੇ ਨਾਲ ਕਈ ਸਾਨੂੰ ਜੀ ਪੇਸ਼ਕਸ਼ ਹੋਈ ਆ ਇਹਦੀ ਕੋਈ ਤੁਕ ਨਹੀਂ ਬਣਨੀਗੀ ਇਹਦੇ ਲਈ ਸਬੂਤ ਉਜਾਗਰ ਹੋਣੇ ਚਾਹੀਦੇ ਆ ਇਹਦੇ ਲਈ ਤਹਿ ਤੱਕ ਪਹੁੰਚਣਾ ਚਾਹੀਦਾ ਭਾਜਪਾ ਨੇ ਕਿਹਾ ਜੀ ਆਪੇ ਘੜ ਤਕੜੀ ਆ ਆਮ ਆਦਮੀ ਪਾਰਟੀ ਨੇ ਕਿਹਾ ਜੀ ਇਹ ਬੰਦੇ ਗਲਤ ਆ ਇਹ ਸਾਡੇ ਬੰਦੇ ਪਟਣ ਨੂੰ ਫਿਰਦੇ ਆ ਪੱਟਿਆ ਕੋਈ ਵੀ ਨਾ ਜਾਵੇ ਖਰੀਦਿਆ ਕੋਈ ਵੀ ਨਾ ਜਾਵੇ ਵੇਚਿਆ ਕੋਈ ਵੀ ਨਾ ਹੋਵੇ ਕਿਉਂਕਿ ਨਾ ਮੈਂ ਇੱਕ ਥਾਂ ਦੇ ਉੱਤੇ ਲਿਖਿਆ ਪੜਿਆ ਕਹਿੰਦੇ ਵੀ ਬੰਦਾ ਭਾਵੇਂ ਅਰਬ ਰਪਈਏ ਚ ਵਿਕੇ ਭਾਵੇਂ ਖਰਬ ਰਪਈਏ ਚ ਵਿਕੇ ਪਰ ਵਿਕਣ ਤੋਂ ਬਾਅਦ ਉਹਦੀ ਕੀਮਤ ਕੌਡੀ ਦੀ ਰਹਿ ਜਾਂਦੀ ਆ ਜਦੋਂ ਤੁਸੀਂ ਆਪਦਾ ਮੁੱਲੀ ਲਵਾ ਲਿਆ ਕਿ ਮੇਰਾ ਤਾਂ ਭਾ ਆ ਮੈਂ ਕਰੋੜ ਵਾਲਾ ਮੈਂ 10 ਕਰੋੜ ਵਾਲਾ ਮੈਂ 100 ਕਰੋੜ ਵਾਲਾ ਮੈਨੂੰ ਅਰਬ ਚ ਖਰੀਦ ਲੋ ਜਦੋਂ ਤੁਸੀਂ ਵੇਚ ਹੀ ਗਏ ਫਿਰ ਤਾਂ ਤੁਹਾਡਾ ਭਾਈ ਖਤਮ ਹੋਗਾ ਤੁਸੀਂ ਕੌਡੀ ਦੇ ਰਹਿਗੇ ਇਸ ਕਰਕੇ ਆਪਦਾ ਮੁੱਲ ਆਪ ਪਛਾਣੀਏ ਤੇ ਆਪਦਾ ਮੁੱਲ ਤੇ ਚਲੋ ਪਛਾਣਾਂਗੇ ਜਿਹੜੇ ਨਾਲ ਤੁਰਦੇ ਆ ਉਹਨਾਂ ਦਾ ਵੀ ਮੁੱਲ ਪਛਾਣੀਏ ਉਹ ਜਿਹੜੇ ਬੇਕਸੂਰ ਲੋਕ ਜਿਹੜੇ ਜਜ਼ਬਾਤੀ ਲੋਕ ਜਿਹੜੇ ਮਗਰ ਤੁਰਨ ਵਾਲੇ ਲੋਕ ਜਿਹੜੇ ਹਾਂ ਦੇ ਵਿੱਚ ਹਾਂ ਕਹਿਣ ਵਾਲੇ ਲੋਕ ਜਿਹੜੇ ਧੁੱਪ ਜਾਂ ਠੰਡ ਨਾ ਵੇਖਣ ਵਾਲੇ ਲੋਕ ਉਹਨਾਂ ਵਿਚਾਰਿਆਂ ਦਾ ਕਸੂਰ ਕੀ ਆ ਜਦੋਂ ਨੇਤਾ ਦਲ ਬਦਲ ਜਾਂਦੇ ਆ ਵਿਕ ਜਾਂਦੇ ਆ ਉਦੋਂ ਹੈਰਾਨੀ ਹੁੰਦੀ ਆ ਅਸੀਂ ਇਹ ਗੱਲ ਕਹਿੰਨੇ ਕਿ ਲੋਕਾਂ ਨੂੰ ਵਿਕਣਾ ਨਹੀਂ ਚਾਹੀਦਾ ਬਿਲਕੁਲ ਨਹੀਂ ਵਿਕਣਾ ਚਾਹੀਦਾ ਭਾਈ ਅਸੀਂ ਕਰੇ ਵੀ ਠੰਡੇ ਦੀਆਂ ਬੋਤਲਾਂ ਤੇ ਨਾ ਵੇਖੋ 2-2000 ਰੁਪਏ ਤੇ ਨਾ ਵੇਖੋ ਆਟੇ ਦਾਲ ਤੇ ਨਾ ਵੇਖੋ ਪੈਨਸ਼ਨਾਂ ਤੇ ਨਾਲ ਵਿਖੋ ਵਿਕਣਾ ਬੰਦ ਕਰ ਦਿਓ ਬਿਲਕੁਲ ਨਾ ਵਿਕਿਆ ਕਰਨ ਪੰਜਾਬ ਦੇ ਤੇ ਦੇਸ਼ ਦੇ ਲੋਕ ਪਰ ਜਦੋਂ ਨੇਤਾ ਨੂੰ ਵਕ ਵਕ ਪਾਰਟੀਆਂ ਦੇ ਆਗੂਆਂ ਨੂੰ ਇਸ ਗੱਲ ਦਾ ਡਰ ਰਹਿੰਦਾ ਕਿ ਸਾਡੇ ਚੁਣੇ ਹੋਏ ਵਿਧਾਇਕਾਂ ਨੂੰ ਦੂਜੀ ਪਾਰਟੀ ਨਾਲ ਕਿਤੇ ਖਰੀਦ ਲੈ ਤੇ ਹੋਟਲਾਂ ਦੇ ਕਮਰਿਆਂ ਦੇ ਵਿੱਚ ਬੰਦ ਕੀਤੇ ਜਾਂਦੇ ਆ ਆਪਣੀ ਪਾਰਟੀ ਦੇ ਨੇਤਾ ਤੁਹਾਨੂੰ ਤਾਂ ਆਪਣਿਆਂ ਦੇ ਉੱਤੇ ਯਕੀਨ ਨਹੀਂ ਵੀ ਕਿਤੇ ਇਹ ਨਾ ਵਿਕ ਜਾਣ ਤੁਹਾਨੂੰ ਯਕੀਨ ਨਹੀਂ ਵੀ ਇਹ ਵਿਕਦੇ ਨਹੀਂਗੇ ਤੁਹਾਨੂੰ ਡਰ ਰਹਿੰਦਾ ਵੀ ਕਿਤੇ ਇਹਨਾਂ ਨੂੰ ਖਰੀਦਣਾ ਲਿਆ ਜਾਵੇ ਤੁਹਾਡੇ ਨੇਤਾ ਨਹੀਂ ਤੁਹਾਡੇ ਕਹਨੇ ਦੇ ਵਿੱਚ ਲੋਕ ਤੁਹਾਡੇ ਕਹਨੇ ਦੇ ਵਿੱਚ ਕਿਵੇਂ ਹੋਣਗੇ ਤੁਹਾਨੂੰ ਆਪਣੇ ਨੇਤਾਵਾਂ ਦੇ ਉੱਤੇ ਆਪਣੀ ਪਾਰਟੀ ਦੇ ਆਗੂਆਂ ਦੇ ਉੱਤੇ ਯਕੀਨ ਨਹੀਂ ਲੋਕ ਤੁਹਾਡੇ ਉੱਤੇ ਯਕੀਨ ਕਿਵੇਂ ਕਰ ਲੈਣ ਸਵਾਲ ਸਿਰਫ ਇਹ ਆ ਸੋ ਚੰਗੇ ਤਰੀਕੇ ਨਾਲ ਇਤਕੀ ਵੋਟਾਂ ਪੈਣ ਚੰਗਿਆਂ ਨੂੰ ਵੋਟਾਂ ਪੈਣ ਇਡੀ ਸੇ ਕਾਮਨਾ ਕਰਦੇ ਆ ਲੰਘੇ ਕੱਲ ਰਿੰਕੂ ਤੇ ਸ਼ੀਤਲ ਅੰਗਰਾਲ ਦੋਨੋਂ ਜਾਨੇ ਜਦੋਂ ਭਾਜਪਾ ਦੇ ਵਿੱਚ ਗਏ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਭੜਕਿਆ ਵਕ ਵਕ ਪਾਰਟੀਆਂ ਦੇ ਨੇਤਾਵਾਂ ਨੇ ਵਕ ਵਕਰੇ ਬਿਆਨ ਦਿੱਤੇ ਆ ਬੀਜੇਪੀ ਨੇ ਗੱਲ ਕਹੀ ਐ ਵੀ ਸਾਡੇ ਚ ਮਜ਼ਬੂਤੀ ਬਹੁਤ ਆ ਗਈ ਐ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਐ ਵੀ ਭਾਈ ਇਹ ਆਪੇ ਨਿਕਲ ਗਏ ਆ ਇਹਨਾਂ ਨੂੰ ਇਹ ਪਤਾ ਨਹੀਂ ਗੱਲ ਸ਼ੋਭਦੀਆਂ ਨਹੀਂ ਸੀ ਭਗਵੰਤ ਮਾਨ ਸਾਹਿਬ ਨੇ ਤਾਂ ਇੱਕ ਸ਼ੇਰ ਹੈ ਜਿਹੜਾ ਉਹ ਗੁਰਪੱਜਨੀ ਗੱਲ ਸਾਹਿਬ ਦਾ ਲਿਖਿਆ ਹੋਇਆ ਕਿ ਆਪਣੇ ਵੱਲੋਂ ਤਾਂ ਉਹ ਵੱਡੇ ਕਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ ਹੈ ਉਹਨਾਂ ਨੇ ਨਾਂ ਕਿਸਦਾ ਨਹੀਂ ਲਿਆ ਪਰ ਆ ਗੱਲ ਲਿਖੀ ਹੈ ਜੇ ਲੋਕਾਂ ਦੇ ਦਿਲ ਬਦਲੀ ਹੋ ਗਈ ਹੈ ਪਰ ਪਤਾ ਲੱਗਾ ਜੀ ਕਿ ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਤੇ ਪੁਤਲੇ ਫੂਕਣੇ ਸ਼ੁਰੂ ਕਰਤੇ ਦੋ ਮਿੰਨ ਨਤਾਵਾਂ ਦੇ ਦੋਵਾਂ ਨਤਾਵਾਂ ਦੇ ਘਰਾਂ ਦੀ ਸਿਕਿਉਰਿਟੀ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਉਧਰਲੇ ਪਾਸੇ ਨੂੰ ਉਧਰਲੀ ਗਲੀ ਦੇ ਵਿੱਚ ਕਿਸੇ ਨੇ ਜਾਣਾ ਨਹੀਂ ਇਹਦਾ ਪ੍ਰਬੰਧ ਕਰ ਦਿੱਤਾ ਗਿਆ ਮਤਲਬ ਭਾਈ ਲੋਕ ਗੁੱਸੇ ਦੇ ਵਿੱਚ ਵੀ ਆਉਂਦੇ ਹਨ ਇਹ ਗੁੱਸਾ ਦੂਰਨ ਦਾ ਜਾਂ ਪੱਕਾ ਹੀ ਹੈ ਇਹ ਸਮਾਂ ਦਸੂਗਾ ਪਰ ਗੱਲ ਇਹ ਹੈ ਵੀ ਇੱਕ ਵਾਰ ਜੇਕਰ ਭਾਈ ਤੁਸੀਂ ਹਿਲਜੁਲ ਕੀਤੀ ਹੈ ਤਾ ਪਾਈ ਇਹੋ ਜਿਹਾ ਨਤੀਜਾ ਤਾਂ ਫਿਰ ਲੋਕਾਂ ਨੇ ਪੇਸ਼ ਕਰਨੀ ਆ ਇਹੀ ਲੋਕ ਆ ਜਿਹੜੇ ਪਿੱਛੇ ਕਹਿੰਦੇ ਸੀ ਤੁਹਾਡੇ ਲਈ ਜਾਨ ਦੇਣ ਨੂੰ ਤਿਆਰ ਆ ਇਹੀ ਲੋਕ ਆ ਪਾਈ ਜਿਹੜੇ ਇਹ ਗੱਲ ਕਹਿੰਦੇ ਵੀ ਪਾਈ ਤੁਸੀਂ ਧੱਕਾ ਕੀਤਾ ਸਾਡੀ ਜਾਨ ਲੈਣ ਨੂੰ ਫਿਰਦੇ ਤੁਸੀਂ ਪਹਿਲਾਂ ਰਿਪੋਰਟ ਦਾ ਵਿਰਵਾਹ ਤੇ ਫਿਰ ਗੱਲਾਂ ਘਟਪੜੀ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਅੰਗਰਾਲ ਨੇ ਜਦੋਂ ਭਾਜੀਪੀ ਜੁਆਇਨ ਕੀਤੀ ਤਾਂ ਆਪ ਵਰਕਰਾਂ ਨੇ ਬਸਤੀ ਦਾਨਸ਼ਮੰਦਾਂ ਚੌਕ ਦੇ ਵਿੱਚ ਪ੍ਰਦਰਸ਼ਨ ਕੀਤਾ ਇਸ ਦੌਰਾਨ ਸਿਟੀ ਪੁਲਿਸ ਨੇ ਰਿੰਕੂ ਤੇ ਅੰਗਰਾਲ ਦੇ ਘਰ ਤੇ ਦਫਤਰ ਦੀ ਸੁਰੱਖਿਆ ਵਿਵਹਾਰ ਦਿੱਤੀ ਚੋਣਾਂ ਨੂੰ ਮੁੱਖ ਰੱਖ ਕੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਦੇ ਵੱਲੋਂ ਹੁਣ ਵੱਖ-ਵੱਖਰੇ ਬਿਆਨ ਵੀ ਦਿੱਤੇ ਜਾ ਰਹੇ ਨੇ ਸਾਰੇ ਘਟਨਾਕਰਮ ਨੂੰ ਲੈ ਕੇ ਜਲੰਧਰ ਦੇ ਚੋਣ ਅਧਿਕਾਰੀ ਕਮ ਡੀਸੀ ਹਿਮਾਂਸ਼ੂ ਅਗਰਵਾਲ ਨੂੰ ਭਾਜਪਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਸ਼ਿਕਾਇਤ ਦੇ ਵਿੱਚ ਮੰਤਰੀ ਬਲਕਾਰ ਸਿੰਘ ਵਿਧਾਇਕ ਅਮਨ अरोड़ा ਇੰਦਰਜੀਤ ਕੌਰਮਾਨ ਤੇ ਕੁਝ ਹੋਰ ਸੀਨੀਅਰ ਅਧਿਕਾਰਗੰਦੇ ਨਾਂ ਸ਼ਾਮਲ ਨੇ ਇਸ ਦੌਰਾਨ ਪੁਲਿਸ ਨੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ

ਵੀ ਭਾਈ ਇੰਉ ਨਹੀਂ ਆ ਗੱਲ ਇੰਉ ਹੋਣੀ ਚਾਹੀਦੀ ਸੀ। ਬਾਕੀ ਸਮਝ ਦੱਸ ਦੂਗਾ ਪਰ ਮੈਂ ਕਦੇ ਕਦੇ ਗੱਲ ਜ਼ਰੂਰ ਸੋਚਣਾ ਹੁੰਨਾ ਵੀ ਭਾਜਪਾ ਕਹਿੰਦੀ ਕਿ ਕਾਂਗਰਸ ਮੁਕਤ ਭਾਰਤ ਕਰਨਾ। ਪਰ ਤੁਸੀਂ ਉਸੇ ਕਾਂਗਰਸ ਦੇ ਬੰਦੇ ਪਟਪਟ ਕੇ ਆਪਦੇ ਵਾਲੇ ਪਾਸੇ ਲਈ ਜਾਨੇ ਨਾਲੇ ਕਾਂਗਰਸ ਨੂੰ ਮਾੜਾ ਕਹੀ ਜਾਂਦੇ ਆ। ਆਮ ਆਦਮੀ ਪਾਰਟੀ ਵੀ ਉਸੇ ਰਾਹ ਦੇ ਉੱਤੇ ਆ। ਨਾਲੇ ਕਾਂਗਰਸ ਮਾੜੀ ਆ, ਰਵਾਇਤੀ ਪਾਰਟੀਆਂ ਮਾੜੀਆਂ, ਨਾਲੇ ਕਾਂਗਰਸ ਦੇ ਬੰਦੇ ਪੱਟੀ ਚੱਲੋ। ਜਿਹੜੇ ਬਾਕੀ ਪਾਰਟੀਆਂ ਵਾਲੇ ਉਹ ਵੀ ਐ ਕਰਦੇ ਆ ਆਪਦਿਆਂ ਦੇ ਉੱਤੇ ਭਰੋਸਾ ਕਿਉਂ ਨਹੀਂ ਰਿਆ? ਸਾਡੇ ਦੇਸ਼ ਦੀ ਰਾਜਨੀਤੀ ਦੇ ਵਿੱਚ ਇਹ ਕੈਸੀ ਪਿਰਤ ਪੈ ਗਈ ਆ? ਆਪਦੇ ਦੇ ਉੱਤੇ ਭਰੋਸਾ ਨਹੀਂ ਦੂਜਿਆਂ ਦੇ ਉੱਤੇ ਭਰੋਸਾ ਦੂਜੇ ਦੀ ਥਾਲੀ ਦੇ ਵਿੱਚ ਲੱਡੂ ਕਿਉਂ ਵੱਡਾ ਦਿਸਦਾ ਆਪਦੇ ਲਈ 13 ਵਲੰਟੀਅਰ 13 ਚੰਗੇ ਬੰਦੇ ਕੋਈ ਵੀ ਪਾਰਟੀ ਲੱਭ ਨਹੀਂ ਸਕਦੀ 117 ਬੰਦੇ ਆਪਦੇ ਕਿਉਂ ਨਹੀਂ ਭਰੋਸੇਯੋਗ ਪਾਇਦਾ ਹੁੰਦੇ ਆਪਦਿਆਂ ਨੂੰ ਕਿਉਂ ਨਹੀਂ ਟਿਕਟਾ ਦਿੱਤ ਗਿਆ ਜਾਂਦੀਆਂ ਕਿ ਆਪਦੇ ਇੰਨੇ ਮਾੜੇ ਆ ਤੇ ਬਾਹਰਲੇ ਇੰਨੇ ਚੰਗੇ ਆ ਤੇ ਜੇਕਰ ਬਾਹਰਲੇ ਇੰਨੇ ਚੰਗੇ ਆ ਤੇ ਆਪਦਿਆਂ ਨੂੰ ਇੰਨੇ ਦਹਾਕੇ ਪਿੱਛੇ ਲਾ ਕੇ ਗੁੰਮਰਾ ਕਿਉਂ ਕੀਤਾ ਖਬਰਾਂ ਕੁਝ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਹਨਾਂ ਤਕਲੀਫਾਂ ਕਹਦੇ ਹੋ ਬਹੁਤ ਬਹੁਤ ਧੰਨਵਾਦ